ਕੁਝ ਨਹੀਂ ਸੀ ਘਰੋਂ ਪਾਣੀ ਪੀਣ ਗਏ ਨਲਕੇ ਤੋਂ ਸੱਪ ਲੜ ਗਿਆ ਸੀ ਅਜੇ ਕੀ 15-16 ਦਾ ਹੋ ਗਿਆ 15-17 ਸਾਲ ਦਾ हाँ जी दिखाया सीगा एम्बूलेंस लैके गई सीगी सिंबला हॉस्पिटल च उत्थे मुड़ के उन्हां तों ना इलाज होण कारण किसी मांदरी कोले भी गया सी मांदरी कोले पहुंचण तों पहला मौत हो गई सी फनी यार सप ही त्रीला इत्थे जांदे जांदे पूरी हो गई राह जी दी सरकार वेखो जो दे दी मिलन की कह सकदी जिहड़ी बच्ची की मौत हुई है एक सप्प लड़न कारण मौत हो गई है उहदा कारण यह है भी जिहड़ा रस्ता सारा ब्लॉक हो चुका सी कोई बेड़ी का कोई अगन बोर्ड का कोई प्रबंध नहीं सी हैगा वो लेट होने कारण जिहड़ी बच्ची की डैथ हो चुकी है ਹਾਂ ਮਰ ਮਰ ਰੋਂਦੀਆਂ ਇਹ ਭੈਣਾਂ ਦੀਆਂ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਇਹ ਲੋਕ ਪਹਿਲਾਂ ਹੀ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਤੇ ਲੋਕਾਂ ਦੇ ਘਰਾਂ 'ਚ ਕਈ ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ ਉੱਥੇ ਹੀ ਪਿੰਡ ਨਿਹਾਲਾ ਲਵੇਰਾ ਦੇ ਵਿੱਚ ਵੀ ਪਾਣੀ ਨੱਕੋ ਨੱਕ ਭਰ ਚੁੱਕਿਆ ਅਤੇ ਇੱਕ ਗਰੀਬ ਪਰਿਵਾਰ ਦੇ ਉੱਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਪਾਣੀ ਰਾਹੀਂ ਘਰ 'ਚ ਬੜੇ ਸੱਪ ਨੇ 16 ਸਾਲਾਂ ਦੀ ਬੱਚੀ ਨੂੰ ਡੰਗ ਮਾਰ ਦਿੱਤਾ ਅਤੇ ਉਸਦੀ ਮੌਤ ਹੋ ਗਈ ਹੈ ਪਿੰਡ ਵਾਸੀਆਂ ਸਣੇ ਸਰਪੰਚ ਨੇ ਦੱਸਿਆ ਕਿ ਇਹ ਬੱਚੀ ਕਾਫੀ ਗਰੀਬ ਪਰਿਵਾਰ ਦੀ ਹੈ ਉਹਨਾਂ ਦੇ ਘਰ ਨੂੰ ਵੀ ਤਰੇੜਾ ਪੈ ਚੁੱਕਿਆਂ ਨੇ ਉਹਨਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਸਰਕਾਰ ਦੇ ਵੱਲੋਂ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮ੍ਰਿਤਕ ਬੱਚੀ ਦਾ ਸੰਸਕਾਰ ਦੂਜੇ ਪਿੰਡ ਵਿੱਚ ਕੀਤਾ ਜਾਵੇਗਾ ਸੱਜਣ ਸਿੰਘ ਜੀ ਕਿਸ ਤਰ੍ਹਾਂ ਲੜਕੀ ਦੀ ਜਿਹੜੀ ਮੌਤ ਹੋਈ ਹੈ ਇਹਨਾਂ ਸਾਹਿਬ ਜੀ ਪਾਣੀ ਦੇ ਜ਼ਿਆਦੇ ਹੋਣ ਕਾਰਨ ਕੁੜੀ ਦੇ ਨਾ ਸੱਪ ਡੰਗਿਆ ਵਾ ਅੰਦਰ ਬੈਠੀ ਸੀ ਕੁੜੀ ਅਤੇ ਬਾਹਰੋਂ ਸੱਪ ਭੱਜ ਕੇ ਆ ਗਿਆ ਅਤੇ ਪਤਾ ਨਹੀਂ ਲੱਗਾ ਕਿਹੜਾ ਪਿੰਡ ਆ ਅਤੇ ਕਦੋਂ ਸੱਪ ਲੜਿਆ ਸੱਪ ਜੀ 11 ਕੁ ਵਜੇ ਲੜਿਆ ਅਤੇ ਪਿੰਡ ਹੈਗਾ ਨਿਆ ਲਾਲਵੇਰਾ ਮੁੱਠਿਆਂ ਵਾਲੇ ਦੇ ਨਾਲ ਹਾਂਜੀ ਬੰਨ ਦੇ ਪਾਰ ਬੰਨ ਕਿਸੇ ਨੂੰ ਦਿਖਾਇਆ ਨਹੀਂ ਹਾਂਜੀ ਦਿਖਾਇਆ ਸੀਗਾ ਐਂਬੂਲੈਂਸ ਲੈ ਕੇ ਗਈ ਸੀਗੀ ਸਿੰਬਲਾ ਹੋਸਪਿਟਲ 'ਚ ਉੱਥੇ ਮੁੜ ਕੇ ਉਹਨਾਂ ਤੋਂ ਨਾ ਇਲਾਜ ਹੋਣ ਕਾਰਨ ਕਿਸੇ ਮਾਂਦਰੀ ਕੋਲੇ ਵੀ ਗਏ ਸੀ ਮਾਂਦਰੀ ਕੋਲੇ ਪਹੁੰਚਣ ਤੋਂ ਪਹਿਲਾਂ ਮੌਤ ਹੋ ਗਈ ਸੀ ਦੱਸਿਆ ਜਾ ਰਿਹਾ ਕਿ ਪਰਿਵਾਰ ਵੀ ਬਹੁਤ ਗਰੀਬ ਆ ਹਾਂਜੀ ਬਹੁਤ ਗਰੀਬ ਆ ਕਮਰਾ ਵੀ ਬਹੁਤ ਮਾੜਾ ਵਾ ਜਿਹੜੇ ਕਮਰੇ 'ਚ ਦੱਸਿਆ ਵਾ ਉਹ ਕਮਰਾ ਹੀ ਬੇਕਾਰ ਹੋਇਆ ਪਿਆ ਵਾ ਪਾਣੀ ਦੀ ਚਪੇੜ 'ਚ ਆਉਣ ਕਾਰਨ ਇੱਕ ਪਾਸੋਂ ਬਹਿ ਗਿਆ ਵਾ ਹਾਂਜੀ ਹੁਣ ਸੰਸਕਾਰ ਜਿਹੜਾ ਇੱਥੇ ਕੀਤਾ ਜਾਵੇਗਾ ਨਹੀਂ ਜੀ ਕੀਤਾ ਜਾਊਗਾ ਬਾਗੇ ਵਾਲੇ ਹਾਂਜੀ ਉੱਥੇ ਰਿਸ਼ਤੇਦਾਰੀ ਆ ਜੀ ਭਨੋਈਆ ਵਾ ਕਿੰਨਾ ਭਾਜੀ ਮੇਰਾ ਨਾਮ ਦਰਸ਼ਨ ਸਿੰਘ ਸਾਬਕਾ ਸਰਪੰਚ ਪਿੰਡ ਨਿਆਲਾ ਲਵੇਰਾ ਸਰ ਇਸ ਟਾਈਮ ਕੀ ਹਾਲਾਤ ਆ ਪਿੰਡ ਦੇ ਪਾਣੀ ਕਿੰਨਾ ਕੁ ਵਧਿਆ ਹੋਇਆ ਅਤੇ ਉਸ ਬੱਚੀ ਦੀ ਮੌਤ ਜਿਹੜੀ ਕਿਸ ਤਰ੍ਹਾਂ ਪਿੰਡ ਦੇ ਹਾਲਾਤ ਤਾਂ ਸਾਹਮਣੇ ਆਪਾਂ ਦੇਖ ਹੀ ਸਕਦੇ ਹਾਂ ਕਿ ਬਹੁਤ ਬੱਤਰ ਨੇ ਬਹੁਤ ਖਰਾਬ ਨੇ ਜਿਹੜੀ ਬੱਚੀ ਦੀ ਮੌਤ ਹੋਈ ਹੈ ਇੱਕ ਸੱਪ ਲੜਨ ਕਾਰਨ ਮੌਤ ਹੋ ਗਈ ਹੈ ਉਹਦਾ ਕਾਰਨ ਇਹ ਹੈ ਵੀ ਜਿਹੜਾ ਰਸਤਾ ਸਾਰਾ ਬਲੌਕ ਹੋ ਚੁੱਕਾ ਸੀ ਕੋਈ ਬੇੜੀ ਦਾ ਕੋਈ ਅਗਨ ਬੋਰਡ ਦਾ ਕੋਈ ਪ੍ਰਬੰਧ ਨਹੀਂ ਸੀ ਹੈਗਾ ਉਹ ਲੇਟ ਹੋਣ ਕਾਰਨ ਜਿਹੜੀ ਉਹ ਬੱਚੀ ਦੀ ਡੈਥ ਹੋ ਚੁੱਕੀ ਹੈ ਪਰਿਵਾਰ ਵੀ ਬਹੁਤ ਗਰੀਬ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਮਾਤੜ ਪਰਿਵਾਰ ਸੀ ਸਰਕਾਰ ਵੱਲੋਂ ਅਸੀਂ ਇਹੀ ਮੰਗ ਕਰਦੇ ਹਾਂ ਜੋ ਬਣਦਾ ਹੱਕ ਹੈ ਚਲੋ ਜਾਣ ਵਾਲੀ ਜਾਨ ਤੇ ਚਲੇ ਗਈ ਹੈ ਜੋ ਕਾਨੂੰਨੀ ਤੌਰ ਤੇ ਬਣਦਾ ਹੱਕ ਆ ਪਰਿਵਾਰ ਨੂੰ ਦਿੱਤਾ ਜਾਵੇ ਮਾਲੀ ਸਹਾਇਤਾ ਕੀਤੀ ਜਾਵੇ ਪਾਣੀ ਤਾਂ ਬਹੁਤ ਆ ਜੀ ਪਾਣੀ ਤਾਂ ਮੈਂ ਅੱਗੇ ਤੁਹਾਨੂੰ ਦੱਸਿਆ ਹੋਇਆ ਪਾਣੀ ਬਹੁਤ ਆ ਪਾਣੀ ਤਾਂ 88 ਵਾਲੇ ਲਾ ਦੀ ਆ 88 ਵਾਲੇ ਪਾਣੀ ਉਦੋਂ ਵੀ ਇੰਨਾ ਆਇਆ ਸੀ ਕਿਉਂਕਿ ਇੱਕ ਅੱਗੇ ਪਾਣੀ 5-10 ਦਿਨ ਅੱਗੇ ਹੋ ਗਿਆ ਇੱਕ ਫੁੱਲ ਕੇ ਵਰ ਗਿਆ ਇੱਕ ਦੁਆਰਾ ਪਾਣੀ ਫੇਰ ਆਇਆ ਦੁਆਰਾ ਆਉਣ ਕਰਕੇ ਇਹਦੀ ਕਿਸਮਤ ਮਾੜੀ ਵਿਚਾਰੀ ਦੀ ਜਿਹੜੀ ਬੱਚੀ ਦੀ ਡੈਥ ਹੋ ਗਈ ਸੱਪ ਲੜਨ ਨਾਲ ਬਸ ਜੀ ਗਰੀਬ ਦੀ ਕੋਈ ਸਹਾਇਤਾ ਕੀਤੀ ਜਾਵੇ
बेचारे को जायदाद हैगी चार चपेरे पानी है मकान भी सारे पाटे पे मातड़ बंदा उनकी मत की जाए। कुछ दिन पहला सतलुज का पद्धर घटिया तो लोगों ने मुड़ अपने घर रहना शुरू किया ही सी कि एक बार फिर सतलुज के पानी ने दस्तक दे दी ते लोगों ने अपने परिवार अते पशुओं सने पिंडा विचों बाहर आना शुरू कर दिता। पर इस दौरान बदे सतलुज के पानी ने एक परिवार से कहर ढा दिता ते गरीब परिवार की धी की जान चली गई। फिरोजपुर तो परमजीत सखाणा पंजाबी लोक चैनल।